ਲੱਸੀ ਬਣਾਈ ਤੇ ਪਿਆ ਤੇ ਪਾਣੀ ਖੋਡੇ ਛੋੜੂ ਆ ਦੋਸਤੋ, ਚੈੱਕ ਕਰ ਸਕਦੇ ਹੋ ਅੱਜ ਸਾਡੀ ਨਹਿਰ ਦੇ ਉੱਤੇ ਵੀ ਹਾਈਐਸਾਂ ਚੱਲਦੀਆਂ ਪਈਆਂ, ਚੈੱਕ ਕਰੋ ਦੋਸਤੋ। ਮੌਸਮ ਆ ਗਈ ਹੈ ਬੀਜਾ ਗੱਡਾਂ ਦੀ, ਸੁਪਰ ਕੈਨਾਤ ਦਾ ਬੀਜਾ ਤੇ ਸਿਰ ਤੇ ਚਾਈ ਬਹਿਨਾ ਬੀ ਏ ਤੇ ਇੱਕ ਥੈਲਾ ਉਹ ਅੱਗੂ ਬਾਬਾ ਚਾਈ ਬਹਿੰਦਾ, ਇੱਕ ਮੈਂ ਚਾਈ ਬਹਿਨਾ ਥਾਰ ਬਣੀ ਪਈ ਹੈ ਬੀਜੇ ਦੀ, ਤੁਹਾਨੂੰ ਉਹ ਵੀ ਚੱਲ ਕੇ ਵਿਜ਼ਿਟ ਕਰਾਉਂਦੇ ਹਾਂ ਕਿਤਨੀ ਬਣੀ ਪਈ ਹੈ ਅਤੇ ਬੀਜ ਦੱਸਿੰਦੇ ਹਾਂ ਬਈ ਕਿਤਨਾ ਪਾਇਆ ਫਿਰ। ਅਸਲਾਮ ਅਲੈਕੁਮ ਦੋਸਤੋ, ਕੀ ਹਾਲ ਹੈ, ਉਮੀਦ ਕਰਦੇ ਹਾਂ ਫਿੱਟ ਫਾਟ ਹੋ ਸਕਦੇ ਤੁਸੀਂ ਸਵੇਰ ਤੇ ਪਿਓ। ਸਾਡਾ ਆਪਣਾ ਯੂਟਿਊਬ ਚੈਨਲ ਨਸੀਬ ਆਪਣਾ ਟੀ ਵੀ ਅਤੇ ਜਲਦੀ ਜਲਦੀ ਮਾਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਅੱਜ ਦਾ ਮਜ਼ੇਦਾਰ ਵਲੌਗ ਕਰਦੇ ਪਏ ਹਾਂ ਸ਼ੁਰੂ। ਮਾਸ਼ਾਅੱਲਾ ਦੋਸਤੋ, ਚੈੱਕ ਕਰੋ ਗਰੀਨਰੀ, ਸੁਬਹਾ ਸੁਬਹਾ ਦਾ ਟਾਈਮ ਹੈ, 8 ਵਜੇ ਦੀ ਪਈ ਹੈ ਅਤੇ ਫਿਲਹਾਲ ਜਿਹੜੀ ਹਵਾ ਹੈ ਉਹ ਬੜੀ ਠੱਡੀ ਠੱਡੀ ਅਤੇ ਪਿਆਰੀ ਪਿਆਰੀ ਚੱਲੀ ਖਲੋਤੀ ਹੈ, ਕਿਉਂਕਿ ਹਾਲੇ ਗਰਮੀ ਦਾ ਟੈਂਪਰੇਚਰ ਕੋਈ ਨਹੀਂ, ਤਕਰੀਬਨ ਕੋਈ 34-35 ਤੇ ਵਧਾ ਅਤੇ ਅੱਗੇ ਚੱਲ ਕੇ ਤੁਹਾਨੂੰ ਵਿਜ਼ਿਟ ਕਰਾਉਂਦੇ ਹਾਂ ਥਾਰ ਕਿਤਨੀ ਬਣਾਈ ਸੀ ਬੀਜੇ ਦੀ। ਇਹ ਦੋਸਤੋ ਚੈੱਕ ਕਰ ਸਕਦੇ ਹੋ ਪੂਰੀ ਇੱਕ ਕਨਾਲ ਥਾਰ ਜਿਹੜੀ ਬਣਾਈ ਸੀ ਬੀਜੇ ਵਾਸਤੇ ਅਤੇ ਚੈੱਕ ਕਰ ਲਓ ਬਾਬਾ ਵਿੱਚ ਵੀ ਸਟਿਆਂਦਾ ਵੀ ਆ ਸ਼ੂਰ ਪਰੂ ਪਤਾ ਹੋਵੇ ਚੌਲ ਖਿਰ ਲੈਂਦਾ ਪਤਾ। ਮਾਸ਼ਾਅੱਲਾ ਇਹ ਔਲ ਆਇਆ ਵੀ ਹੈ, ਉਹ ਪਰੂ ਵੀ ਔਲ ਵੀ ਹੈ ਅਤੇ ਸ਼ੂਰ ਵੀ ਪਹਿਲਾਂ ਥੋੜ੍ਹਾ ਥੋੜ੍ਹਾ ਔਲ ਖਿਲਾ ਰਹੀ ਖਲੋਤਾ ਜੀ ਅਤੇ ਹੁਣ ਬਾਬਾ ਵੀ ਸਟਿਆਂਦਾ ਵੀ ਆਏ ਤੁਹਾਨੂੰ ਚੈੱਕ ਕਰਾ ਕੇ ਪਹਿਲਾਂ ਵਿੱਚ ਔਲ ਖਿਰ ਲਿਆ ਵੀ ਹੈ। ਵੇਖੋ ਵੀ ਜਿਹੜਾ ਵਿੱਚ ਬਾਬਾ ਸੱਟੀ ਵੱਜਦਾ ਵੀ ਦੋਸਤੋ, ਬੀਜਾ ਸ਼ੀ ਚੱਲੀ ਅਸੀਂ ਪੜਵਾ ਉੱਥੇ ਅਤੇ ਬਾਬਾ ਬੀਜਾ ਸੜਿਆਂਦਾ ਪਿਆ ਅਤੇ ਨਾਲ ਚੂਰ ਕੱਸੀ ਖੜਿਆਂਦਾ ਖਲੋਤਾ, ਬਾਬਾ ਬੀਜਾ ਸਾੜ ਲਈ ਸੀ ਅਤੇ ਉੱਤੋਂ ਚੂਰ ਜਿਹੜਾ ਖਲੋਤਾ ਸੀ ਉਹ ਹੌਲ ਪਾ ਲਏ ਸੀ ਅਤੇ ਮੈਂ ਹੁਣ ਵੱਜਦਾ ਪਈ ਹਾਂ ਪਿੱਛਾਂ ਮੰਨ ਕੇ ਟੁੱਕੇ ਬੰਨੇ ਲਾ ਕੇ ਅਤੇ ਮੋਟਰ ਚਲਾ ਲਿਆ ਨਾ ਪਾਣੀ ਆ ਪੜਦਿਆਂ ਧੋਣੀ, ਅੱਗੋਂ ਕੰਮ ਹੋ ਵਈ ਸੀ ਕਲੀਅਰ ਅਤੇ ਉੱਤੋਂ ਦਸਤੀ ਪਾਣੀ ਲੱਗਦਾ ਵਈ ਸੀ ਅਤੇ ਟਾਈਮ ਆ ਗਈ ਆ ਜਲਦੀ ਜਲਦੀ ਗੱਡੀਏ ਬੀਜਾ। ਅੱਜ ਤਰੀਕ ਹੈ ਜਨਾਬ ਅਲੀ, ਅੱਲਾ ਤੁਹਾਡਾ ਭਲਾ ਕਰੇ, 2 ਤਰੀਕ 6ਵੇਂ ਮਹੀਨੇ ਦੀ 2024 ਅਤੇ ਦੋਸਤੋ ਟਾਈਮ ਨਾਲ ਬੀਜਾ ਕੱਢੋ। ਜਿਹੜੇ ਜਿਹੜੇ ਦੋਸਤਾਂ ਵੀਰਾਵਾਂ ਮੋਟਰਾਂ ਵਗੈਰਾ ਨਾਲ ਲਾਈਆਂ ਹੋਈਆਂ ਸੋਲਰ ਦੇ ਉੱਤੇ ਉਹ ਟਾਈਮ ਨਾਲ ਬੀਜਾ ਗੱਡ ਛੋੜੇ, ਉਹਨਾਂ ਦੇ ਵਾਸਤੇ ਕੋਈ ਟੈਨਸ਼ਨ ਨਹੀਂ ਕੋਈ ਨਹੀਂ। ਅਤੇ ਜਿਹੜੇ ਸਾਡੇ ਦੋਸਤਾਂ ਵੀਰਾਵਾਂ ਡੀਜ਼ਲ ਸਾੜਨਾ ਹੈ ਉਹ ਤਕਰੀਬਨ ਹਾਲੀ 10-15 ਦੇ ਬੀਜਾ ਨਾ ਗੱਡਣ, ਤਕਰੀਬਨ ਉਹ ਗੱਡਣ ਮੰਨ ਕੇ 14-15 ਤਰੀਕ ਨੂੰ, ਕਿਉਂਕਿ ਅਗਲਾ ਮਹੀਨਾ ਜਿਹੜਾ ਆਉਂਦਾ ਪਈ ਹੈ ਉਹ ਇਹ ਪਈ ਆ ਹਾੜ ਦਾ ਅਤੇ ਉਹ ਨੋਵੇ ਪਹਿਲੇ ਬੀਜਾ ਗੱਡ ਸੱਟੋ, ਬੀਜਾ ਤਿਆਰ ਹੋਵੇ ਅਤੇ ਹਾੜ ਦੇ ਵਿੱਚ ਲਾਇਓ ਅਤੇ ਡੀਜ਼ਲ ਵਾਲਿਆਂ ਦੀ ਤੁੱਕੀ ਮੀਣੀ ਵੱਜਣੀ ਹੈ। ਲਿਆਦਾ ਮਿਹਰਬਾਨੀ ਕਰਿਆ ਜਿਹੜੇ ਡੀਜ਼ਲ ਸਾੜਨ ਵਾਲੇ ਵੀਰਾ ਉਹ ਬੀਜਾ 8-10 ਦੇ ਲੇਟ ਗੱਡਿਆ ਹੈ, ਬਾਕੀ ਆਈ ਸਾਡੇ ਨਾਲ ਦੱਸੋ। ਦੋਸਤੋ ਬੀਜਾ ਸ਼ੀਜਾ ਗਿਆ, ਸਟੀਕ ਗਿਆ, ਕਲੀਅਰ ਹੋ ਗਿਆ, ਉੱਤੇ ਔਲ ਸ਼ੋਲ ਲਈ ਅਸੀਂ ਪਾ ਬੀਜੇ ਦੇ ਉੱਤੇ ਅਤੇ ਹੁਣ ਚਲਾਉਂਦੇ ਪਏ ਮੋਟਰ, ਆਏ ਖਲੋਤਾ ਇਨਵੇਟਰ ਅਤੇ ਇਹਦਾ ਹੁਣ ਬਟਨ ਸਟਿਆਉਂਦੇ ਪਏ ਹਾਂ, ਐ ਵੇਖ ਲਓ ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਚੱਲ ਗਿਆ ਨੇ ਮਾਸ਼ਾਅੱਲਾ।
9:30 ਦਾ ਦੋਸਤੋ ਟਾਈਮ ਹੋ ਗਿਆ ਤੇ 43-44 ਤੇ ਇਨਵੇਟਰ ਜਿਹੜਾ ਪਹੁੰਚ ਗਿਆ। ਜਿਵੇਂ ਜਿਵੇਂ ਗਰਮੀ ਵੱਧਦੀ ਹੌਲੂ ਹੌਲੂ ਇਹ ਵੱਧਦਾ ਰਹਾ ਸੀ। 50-52 ਤੇ ਇਸ ਬ੍ਰੇਕ ਲਾਉਣੀ ਹੈ, ਇਹਨੂੰ ਇਨਵੇਟਰ ਚਲਾ ਛੋੜਿਆ ਤੇ ਹੁਣ ਤੁਹਾਨੂੰ ਚੈੱਕ ਕਰਨੇ ਆ ਮੋਟਰ ਦਾ ਆਗੂ ਪਾਣੀ ਕੱਢਿਆ ਸੂਈਆ ਕੋਈ ਨਾ। ਮਾਸ਼ਾਅੱਲਾ ਮੋਟਰ ਵਿੱਚ ਪਾਣੀ ਫਰੀ ਹੋ ਗਈ ਹੈ, ਚੱਲ ਗਈ ਮੋਟਰ ਮਾਸ਼ਾਅੱਲਾ। ਫਰੀ ਪਾਣੀ ਦੀਆਂ ਤਾਂ ਮੌਜਾਂ ਨਾ, ਇੱਕ ਵਾਰੀ ਪੈਸਾ ਭਰੋ ਧਿਆਨ ਛੁਡਾਇਓ, ਕਿਆ ਹੀ ਬਾਤ ਹੈ। ਸਵਿਮਿੰਗ ਪੂਲ ਲੈ, ਸਵਿਮਿੰਗ ਪੂਲ ਨਹਾਉਣ ਦੇ ਹੀ ਮਜ਼ੇ। ਪਾਣੀ ਖਾਲ ਦੇ ਵਿੱਚ ਆ ਚੁੱਕਾ ਆ, ਚੈੱਕ ਕਰ ਸਕਦੇ ਹੋ। ਇਧਰਲੀ ਸਾਈਡ ਤੋਂ ਪੈਂਪ ਚੋਂ ਪਾਣੀ ਬਾਹਰ ਆ ਗਈ ਆ। ਆਛੂ ਹੋਰੇ ਦੁਆਮ ਦਾ ਪਿਆ ਐਸਾ ਕਿਹਾ ਮੈਨੂੰ ਹੀ ਵਿਲਾਕ ਦੇ ਵੇਲੇ ਲਾਇਆ ਸਾਈਕਲ ਨੂੰ ਮੈਂ ਤਾਂ ਬਿੰਬੀ ਏ ਮੰਡੋਸ ਮੰਡੋਸ ਸਾਈਕਲ ਦੇ ਮਜ਼ੇ ਲੈਂਦਾ ਪਤਾ ਬਿਲਕੁਲ ਹੈਂ। ਅੱਛਾ ਤੁੱਕੇ ਲੈਂਦਾ ਖਤਮ ਦੋਸਤੋ, ਪਿੱਛੋਂ ਪਾਣੀ ਅੱਪੜਾ ਆ, ਚੈੱਕ ਕਰੋ ਮੋਟਰ ਕਿੱਥੇ ਚੱਲਦੀ ਪਈ ਏ। ਆਹ ਵੇਖ ਲਓ ਕਿਤਨੀ ਦੂਰ ਤੇ ਮੋਟਰ ਰਹੇ ਪਈ ਤੇ ਪਾਣੀ ਇਹ ਹੀ ਆ ਗਈ ਆ। ਇਹ ਟੁੱਕੇ ਲੈਂਦਾ ਖਤਮ ਦਾਂਤ ਵਧਾ ਲਾ ਤੇ ਦਾਂਤ ਵਧਾ ਲਾ ਤੇ ਸੋਟੇ ਚਾ ਵਾ ਸੋਟੇ ਹਾਂ ਹਾਂ ਅਜੇ ਅੱਜ ਗਿੱਦੜ ਤੇ ਫਿਰ ਤਾਂ ਸ਼ਿਕਾਰ ਖੇਡਦੇ ਆ ਜੇ ਪਈ ਏ ਵੇਚ ਤਾਂ ਬਾ ਕੁੱਤੇ ਹੀ ਰਲਾਈ ਆ ਤੇ ਸੋਟੇ ਹੀ ਚਾਹੀ ਆ ਮੈਂ ਪਾਣੀ ਪਹਿਲੇ ਉਦਾਂ ਹੀ ਲੈਂਦਾ ਪਈਆਂ ਪਾਣੀ ਇਹ ਆ ਗਈ ਆ ਬਸ ਸੋਟੇ ਤੇ ਕੁੱਤੇ ਰਲਾਈ ਆ ਤੇ ਮੈਂ ਪਾਣੀ ਪਹਿਲੇ ਖੁੱਡਾਂ ਛੋੜੂ ਆ। ਦੋਸਤੋ ਅੱਜ ਸਾਡੇ ਨਾਲ ਰਸ ਅੱਜ ਅਸਾਂ ਸਿਹਤ ਤੇ ਗਿੱਧੜ ਦਾ ਸ਼ਿਕਾਰ ਖੇਡੂ ਆ, ਅਗਰ ਖੁੱਡਾਂ ਦੇ ਵਿੱਚ ਪਈਏ ਨਿਕਲਦੀ ਏ ਤਾਂ ਖੁੱਡਾਂ ਦੇ ਵਿੱਚ ਛੋੜੂ ਆ ਪਾਣੀ, ਜੇ ਅਗਰ ਵਿੱਚ ਹਿੰਦ ਤਾਂ ਨਿਕਲ ਸਨ ਤੇ ਸ਼ਿਕਾਰ ਉਦਾਂ ਦਾ ਖੇਡਦੇ ਆ ਤੇ ਤੁਸੀਂ ਸਾਡੇ ਨਾਲ ਦੱਸੋ ਤੁਹਾਨੂੰ ਹੀ ਵਿਖਾਈ ਸਾਂ। ਅੱਜ ਦਾ ਵਿਲੋਗ ਜਿਹੜਾ ਬੜਾ ਮਜ਼ੇਦਾਰ ਹੋਣ ਵਾਲਾ ਨੇ ਦੋਸਤੋ, ਅੱਜ ਗਿੱਧੜ ਤੇ ਸਿਹਤ ਦਾ ਸ਼ਿਕਾਰ ਖੇਡਦੇ ਪਏ ਆ ਤੇ ਤੁਸੀਂ ਸਾਡੇ ਨਾਲ ਰਹਿਣਾ ਤੇ ਅੱਜ ਬੜਾ ਮਜ਼ਾ ਆਉਂਸੀ, ਜੇ ਗਿੱਧੜ ਤੇ ਸਿਹ ਪੀ ਆ ਤਾਂ ਵਿੱਚ ਸ਼ਿਕਾਰ ਬੜਾ ਜ਼ਬਰਦਸਤ ਲੱਗਦੀ ਆ। ਖੋਡ ਨੂੰ ਕੱਸੀ ਬਣਾਈਂਦੇ ਪਏ ਆ ਤੇ ਪਾਣੀ ਖੋਡੇ ਛੋੜੂ ਆ। ਇਹ ਆਏ ਵੇਖ ਲਓ ਖੁੱਡ ਜਿਹੜੀ ਇਹ ਆਏ ਪਈ ਏ, ਇਹ ਆਏ ਵੇਖ ਲਓ ਤੇ ਇਹ ਹੋਰੀ ਬਣਾਈ ਖਲੋਤੇ ਆ ਪਰੂ ਪਾਣੀ ਕਿਆਰੇ ਦੇ ਵਿੱਚ ਆ ਜਾ ਵਦਾ। ਕੁੱਤੇ ਵੀ ਨਾਲ ਆਏ ਵਦੇ ਨੇ, ਇੱਕ ਸ਼ਿਕਾਰੀ ਆ ਜਾ ਵਦਾ ਤੇ ਇੱਕ ਪਿਸਤਾ ਗੁਲਟੀ ਯਾਰ ਤੇ ਪਾਣੀ ਛੁੜਿਆਂਦੇ ਪਏ ਆ ਤੇ ਵੇਹਨੇ ਆ ਵਿੱਚੂ ਕਾਸ਼ਾ ਨਿਕਲਦੀ ਏ ਜਾਂ ਨਹੀਂ ਨਿਕਲਦੀ। ਤੁਸੀਂ ਸਾਡੇ ਨਾਲ ਰਹਿਣਾ ਤੇ ਅੱਜ ਦਾ ਵਲੌਗ ਜਿਹੜਾ ਬੜਾ ਮਜ਼ੇਦਾਰ ਤੇ ਇੰਟਰਟੇਨਮੈਂਟ ਹੋਣ ਵਾਲਾ ਹੈ। ਇੱਕ ਹੀ ਦੂ ਕਿਆਰੇ ਦੇ ਵਿੱਚ ਹੀ ਖੁੱਡ ਪਾਈਏ ਤੁਹਾਨੂੰ ਇਹ ਵੀ ਵਿਖਾਈਏ। ਇਹ ਆ ਚੈੱਕ ਕਰੋ, ਇਹ ਤਾਂ ਤਕਰੀਬਨ ਬੰਦ ਹੋ ਸੀ ਕਿਉਂਕਿ ਇਹਦੇ ਵਿੱਚ ਕੋਈ ਨਹੀਂ ਹੁਣ ਵੱਢਦੀ, ਕਾਫੀ ਦੇ ਹੋ ਗਏ ਤੇ ਉਹਦੇ ਵਿੱਚੋਂ ਤਾਜ਼ੇ ਮਿੱਟੀ ਨਿਕਲੀ ਪਈ ਆ। ਜਿੱਥੇ ਇਹ ਬੰਦੇ ਲੱਗੇ ਖਲੋਤੇ ਨੇ ਹੋਰ ਹੀ ਬਣਾਵਣ ਨੂੰ ਤੇ ਵਿੱਚੋਂ ਕਾਸ਼ਾ ਨਿਕਲਦੀ ਹੈ ਤਾਂ ਬੜਾ ਵਲੌਗ ਆ ਅੱਜ ਦਾ, ਇੰਟਰਟੇਨਮੈਂਟ ਤਾਂ ਮਜ਼ੇਦਾਰ ਹੋਣ ਵਾਲਾ ਤੇ ਮਜ਼ਾ ਆਈ ਆ ਤੇ ਤੁਸਾਂ ਸਾਡੇ ਨਾਲ ਰਹਿਣਾ। ਹੁਣ ਤੁਹਾਨੂੰ ਸ਼ੁਗਲ ਵਿਖਾਈਂਦੇ ਪਏ ਆ ਪਾਣੀ ਜਿਸ ਟਾਈਮ ਵੱਢਦਾ ਪਿਆ ਵਿੱਚ ਨਹੀਂ ਖੁੱਲ ਵਈ ਸੀ ਮਿੱਟੀ ਪਈ ਉਹ ਸੀ ਖੁੱਲ ਵਈ ਸੀ। ਚਲੋ ਦੋਸਤੋ ਖੋਡੇ 'ਚ ਪਾਣੀ ਛੋੜ ਦਿੱਤਾ, ਵੇਹਨੇ ਆ ਬਾਈ ਕੀ ਬਣਦਾ ਹੈ, ਪਾਣੀ ਤਾਂ ਵਹਿੰਦਾ ਨਹੀਂ ਪਿਆ।
ਨਿਕਲ ਸੀ ਕਾਈ ਨਾ ਕਾਈ ਬਲਾਂ ਵਿੱਚ ਜ਼ਰੂਰ। ਪਾਣੀ ਚਾਲੂ ਹੋ ਵੀ ਸੀ। ਸਾਡ ਇਹਨਾਂ ਨੂੰ ਸਾਡ ਕਾਈ ਨਾ ਕਾਈ ਬਲਾਂ ਨਿਕਲਣੀ ਹੈ ਅੱਜ, ਲਾਜ਼ਮੀ ਨਿਕਲਣੀ। ਨਿਕਲੇ ਤਾਂ ਮੱਲਾਂ ਨਾ ਹੀ ਦੇਵਣੀ, ਕਾਬੂ ਆਉਣਾ। ਨਿਕਲ ਸੀ ਪਾਣੀ ਹੁਣ ਪਿੱਛੋਂ ਦੋ ਟੁੱਕੇ ਮੈਂ ਗਰਗਾ ਛੋੜਨ ਉਦੋਂ ਹੀ ਤੇ ਉਦੋਂ ਹੀ ਵੇ ਡਾਂਗ ਟਪਾਵੇਂ ਅੱਗਾ ਡਾਂਗ ਵੇ ਟਪਾਵੇਂ ਨਾ। ਇਹਦੇ ਵਿੱਚੋਂ ਮਿੱਟੀ ਤਾਂ ਧਾ ਦੀ ਨਿਕਲੀ ਪਈ ਆਈ, ਟਪਾ ਟਪਾ ਏ ਬੜੀ ਸੋਟਾ ਅੱਗਾ ਟਪ ਗਈ ਆ ਵਿੱਚ। ਡਾਕੀ ਦਾ ਹੀ ਹੋਣੀ ਅੱਗੋਂ ਮਿੱਟੀ ਦੀ ਤੇ ਚੜ ਪਈ ਸੀ ਪਾਣੀ। ਇਹ ਖੁੱਡ ਜਿਹੜੀ ਉਹ ਸਗਲੀ ਦੇ ਵਾਂਗ ਰਲਦੀ ਪਈ ਹੈ, ਮੈਨੂੰ ਲੱਗਦਾ ਇਹ ਵੀ ਬੰਦ ਹੋਈ ਪਈ ਹੈ। ਉਹ ਵੇਖ ਲਈ ਪਾਣੀ ਉੱਤੋਂ ਉੱਠੀ ਆਇਆ, ਪਾਣੀ ਉਹਦੇ ਹਲਦਾ ਹੈ। ਚਲੋ ਪਤਾ ਲੱਗ ਪੈਂਦਾ ਹੁਣ ਕੀ ਹੁੰਦਾ। 10 ਮਿੰਟਾਂ ਤੋਂ ਅਗਰ ਵਿੱਚ ਕਾਚਾ ਹੈ ਤਾਂ ਗੁੱਤੀ ਸੀ ਤੇ ਉਹ ਬਾਹਰ ਨਿਕਲ ਸੀ। ਦੋਸਤੋ ਸ਼ਿਕਾਰ ਖੇਡੂਆ ਸੇ ਤੇ ਲੇਕਿਨ ਸੇ ਦਾ ਬੜੇ ਵਕਤ ਅੱਜ ਵੱਧ ਇੱਥੇ ਕਾਈ ਨਹੀਂ ਆਈ। ਤਕਰੀਬਨ ਕਾਫੀ ਦੇਰ ਖੋਡੇ ਪਾਣੀ ਛੋੜ ਕੇ ਤੇ ਉੱਤੇ ਬੈਠੇ ਰਹੇ ਹਾਂ, ਵੇਖ ਸਕਦੇ ਹੋ। ਲੇਕਿਨ ਕਾਸ਼ਾ ਹੀ ਕਾਈ ਨਹੀਂ, ਉਹਦੀ ਬੜੀ ਕਿਸਮਤ ਚੰਗੀ ਏ, ਹਾਲੀ ਉਹਦੇ ਕੁਝ ਡਾਂਗ ਜ਼ਿੰਦਗੀ ਹੈ, ਨਹੀਂ ਤਾਂ ਲੱਗੀ ਪਈ ਸੀ ਜੇ ਸਾਡੇ ਭੁੱਖ ਤੇ ਚੜ ਗਈ। ਤੇ ਬਾਕੀ ਇਹ ਚੈੱਕ ਕਰ ਲਓ ਬਈ, ਬੀਜ ਹੀ ਸਾਡ ਕੇ ਉੱਤੇ ਔਲ ਸ਼ੋਲ ਪਾ ਦਿੱਤਾ ਹੈ, ਬੀਜੇ ਦਾ, ਪਨੀਰੀ ਦਾ, ਸੁਪਰ ਕੈਨਾਤ ਦਾ। ਤੇ ਇਹ ਜਿਹੜੀ ਥਾਰ ਪਈ ਹੈ ਚਾਚੇ ਹੋਰਾਂ ਦੀ ਆਈ ਤੇ ਉਹਨਾਂ ਮੁੱਲ ਮੰਗਾਇਆ ਹੈ ਬੀਜ। ਸਾਡਾ ਜਿਹੜਾ ਆਪਣਾ ਘਰ ਦਾ ਆਈ ਵੀ ਹੈ ਤੇ ਚਾਚੇ ਹੋਰੀ ਮੁੱਲ ਥੈਲਾ ਮੰਗਾਇਆ ਹੈ। ਭਾਈ ਜਾਨ ਆਏ ਖੁਦ ਨੇ ਤੇ ਕੋਈ ਪੁੱਛਣੇ ਆਏ ਬਾਈ, ਅਸਲਾਮ ਵਾਲੇਕੁਮ। ਕੋਈ ਮਸਲਾ ਨਹੀਂ ਭਾਈ ਜਾਨ, ਪਰੇਸ਼ਾਨ ਨਾ ਹੋ। ਇਹ ਜਿਹੜੀ ਵਰਾਇਟੀ ਹੈ ਕਿਹੜੀ ਵਰਾਇਟੀ ਲਾਇਆ ਜੋ? 17-18 ਸੁਪਰ ਕੈਨਾਤ। ਅੱਛਾ, ਤੇ ਇਹ ਨਾਲ ਜਿਹੜੀ ਦਵਾਈ ਹੈ ਇਹ ਕਿਸ ਵਾਸਤੇ? ਤਿੱਲੀ ਦੇ ਉੱਤੇ ਮੇਰੀ ਜਿਹੜੀ ਤਿੱਲੀ ਆਈ ਉਹਨੂੰ ਸੁੰਡੀ ਲੱਗੀ ਪਈ ਆਈ, ਉਹਦੇ 'ਤੇ ਸਪਰੇਅ ਮਾਰਨਾ ਸੀ ਉਸ ਵਾਸਤੇ ਬਈ। ਬਾਕੀ ਦੋਸਤੋ ਗਰਮੀ ਇਸ ਟਾਈਮ ਜਿਹੜੀ ਹੈ ਬੜੀ ਬੇਅੰਤਹਾ ਹੈ, ਸ਼ੁਰੂ ਹੋ ਗਈ ਹੈ ਅਤੇ ਹਵਾ ਬੜੀ ਤੇਜ਼ ਚੱਲੀ ਖਲੋਤੀ ਹੈ। ਵੀਡੀਓ ਦੇ ਵਿੱਚ ਤੁਹਾਨੂੰ ਸ਼ੋਰ ਹੀ ਮਲੂਮ ਹੁੰਦਾ ਪੀਓ ਸੀ। ਅਤੇ ਇਹ ਵਰਾਇਟੀ ਮਜ਼ੇ ਤੁਸੀਂ ਚੈੱਕ ਕਰ ਸਕਦੇ ਹੋ, 17-18 ਸੁਪਰ ਕੈਨਾਤ। ਇਹ ਦੋਸਤੋ ਅਸਾਂਕੇ ਬੀਜ ਗੜ ਲਿਆ, ਚਾਚਾ ਹੁਣ ਆਇਆ ਉਹ ਸਟੈਂਦਾ ਵਧਾ ਦੀ ਅਤੇ ਵਾ ਤੂੰ ਸਟੇ ਸੀ ਔਲ ਅਤੇ ਅਸਾਂ ਬੈਠੇ ਹਾਂ ਜਾਲ ਦੀ ਛਾਂ 'ਤੇ ਅਤੇ ਹਵਾ ਤੇਜ਼ ਚੱਲਦੀ ਪਈ ਹੈ, ਸ਼ੋਰ ਆਉਂਦਾ ਪਈ ਸੀ। ਅਤੇ ਅੱਜ ਜਿਹੜਾ ਟੈਂਪਰੇਚਰ ਹੈ ਉਹ 42 'ਤੇ ਪਹੁੰਚ ਗਿਆ ਅਤੇ ਐਂਡ ਹੋਣਾ ਹੈ ਵੱਜ ਕੇ ਵਾਂਝ 'ਤੇ ਅੱਜ 45 ਸੈਂਟੀਡਿਗਰੀ ਗ੍ਰੇਟ ਗਰਮੀ। ਓਏ ਹੋਏ, ਅੱਲਾ ਪਾ ਕੇ ਰਹਿਮਤ ਦੀ ਬਾਰਿਸ਼ ਦੇ ਦੇਵੇ ਨਾ ਤਾਂ ਮਜ਼ਾ ਬਣ ਪਈ ਸੀ, ਗਰਮੀ ਦਾ ਜ਼ੋਰ ਜਿਹੜਾ ਤਰੁੱਟ ਪਈ ਸੀ। ਦੋਸਤੋ ਚੈੱਕ ਕਰ ਸਕਦੇ ਹੋ ਅੱਜ ਸਾਡੀ ਨਹਿਰ ਦੇ ਉੱਤੇ ਵੀ ਹਾਈਐਸਾਂ ਚੱਲਦੀਆਂ ਪਈਆਂ, ਚੈੱਕ ਕਰੋ। ਰੋਡ ਤੋਂ ਇਹ ਕਿਉਂ ਨਹੀਂ ਵਹਿੰਦੇ ਤੁਹਾਨੂੰ ਪਤਾ ਸੀ ਆਪ ਨੂੰ, ਨਹਿਰ ਤੋਂ ਟੱਪਦੇ ਹੋ ਤਾਂ ਅੱਗੇ ਵੀ ਕਾਫੀ 2-3 ਹਾਈਐਸਾਂ ਜਿਹੜੀਆਂ ਨੇ ਉਹ ਇੱਥੋਂ ਟੱਪ ਗਈਆਂ। ਤੁਹਾਨੂੰ ਹੋਰ ਜ਼ੂਮ ਕਰਕੇ ਵਿਖਾਵਾਂ, ਇਹ ਵੇਖੋ ਇਹ ਸਾਡੇ ਪਾਕਿਸਤਾਨ ਦੇ ਹਾਲਾਤ ਹਨ। ਇਸ ਵਜ੍ਹਾ ਤੋਂ ਇੰਨਾ ਮੇਨ ਰੋਡ ਛੋੜ ਦਿੱਤਾ ਹੈ, ਕੈਮਰਾ ਸਾਫ਼ ਕਰ ਲਈਏ, ਮੇਨ ਰੋਡ ਇਹਨਾਂ ਨੂੰ ਛੋੜ ਦਿੱਤਾ ਹੈ। ਕਿਉਂ ਛੋੜ ਦਿੱਤਾ ਨੇ? ਇਹ ਚੱਲਦੀਆਂ ਪਈਆਂ ਹਾਈ ਐਸਾਂ ਜਿਹੜੀਆਂ ਗੈਸ ਦੇ ਉੱਤੇ,
ਤੇ ਮੇਨ ਰੋਡ ਨੂੰ ਛੋੜ ਦਿੱਤਾ ਨੇ ਇਸ ਵਾਸਤੇ ਕਿਉਂਕਿ ਪੈਟਰੋਲੀਆਂ ਗੱਲ ਖਲੋਤੇ ਨਾ ਅੱਗੋਂ ਉਹ ਕਹਿੰਦੇ ਨੇ ਡਾਕ ਤੇ ਇਹਨਾਂ ਦੇ ਉੱਤੇ ਜਾਂ ਪਰਚਾ ਕਰ ਦਿੰਦੇ ਨੇ ਜਾਂ ਇਹਨਾਂ ਨੂੰ ਚਲਾਣ ਕਰ ਦਿੰਦੇ ਨੇ ਤੇ ਉਸ ਚਲਾਣ ਤੇ ਪਰਚੇ ਦੀ ਬਚਣ ਤੋਂ ਉਹਦੀ ਵਜ੍ਹਾ ਤੋਂ ਇਹ ਵੱਤ ਪੈਟਰੋਲੀਅੰਗ ਚੌਕੀ ਚੁਕਾ ਕੇ ਤੇ ਨਹਿਰ ਤੇ ਵਹਿੰਦੇ ਪਏ ਨੇ ਵਾਂਚੜ ਸਨ ਉਹ ਜਵਾਨਾ ਬੰਗਲਾ ਜਾਂ ਜਵਾਨੇ ਬੰਗਲੇ ਤੋਂ ਉਰੂ ਸੜਕ ਲਾਉਂਦੀ ਪਈ ਹੈ ਸਿੱਧੀ ਮੇਨ ਰੋਡ 'ਤੇ ਚੜ੍ਹਦੀ ਪਈ ਉਹਦੇ ਉੱਤੇ ਬਈ ਸਨ ਤਾਂ ਕਿ ਉਦੋਂ ਬਾਈ ਸਾਨੂੰ ਚਲਾਣ ਤੋਂ ਹੀ ਬਚ ਜਾਵੀਏ ਪਰਚੇ ਤੋਂ ਹੀ ਬਚ ਜਾਵੀਏ ਅਤੇ ਬਾਹਰੋਂ ਬਾਹਰ ਨਿਕਲ ਕੇ ਅਤੇ ਆਪਣੇ ਰੂਟ 'ਤੇ ਇਹ ਹਾਲਾਤ ਨੇ ਸਾਡੇ ਪਾਕਿਸਤਾਨ ਦੇ ਕੀ ਬਣ ਸੀ ਇਹਨਾਂ ਨੂੰ ਆਦਨ ਜੀ ਗੈਸ ਬੰਦ ਕਰੋ ਅਤੇ ਡੀਜ਼ਲ 'ਤੇ ਕਰੋ ਆਈ ਐੱਸ ਵਾਲੇ ਜਿਹੜੇ ਨੂੰ ਆਦਨ ਸਾਨੂੰ ਡੀਜ਼ਲ 'ਤੇ ਗੱਡੀਆਂ ਕਰੀਏ ਅਤੇ ਡੀਜ਼ਲ ਮਹਿੰਗਾ ਹੋਵੇਗਾ ਸਾਨੂੰ ਕਿਰਾਇਆ ਨਹੀਂ ਪੂਰਾ ਮਿਲਦਾ ਅਤੇ ਸਾਨੂੰ ਗਾਟਾ ਪੈਂਦਾ ਹੈ ਸਾਨੂੰ ਰੋਜ਼ੀ ਨਹੀਂ ਬਚਦੀ ਇਸ ਵਜ੍ਹਾ ਤੋਂ ਇਹ ਹੁਣ ਇਹਦੇ ਵਿੱਚੋਂ ਰਾਹ ਗੋਲੀ ਖਲੋਤੇ ਨੂੰ ਉਦੋਂ ਆਏ ਨਹਿਰ ਤੋਂ ਅਤੇ ਨਹਿਰ ਤੋਂ ਬਾਅਦ ਮੇਨ ਰੋਡ 'ਤੇ ਚੜ੍ਹ ਗਏ ਮੇਨ ਚੌਕੀ ਪੈਟਰੋਲਿੰਗ ਵਾਲਿਆਂ ਦੀ ਚੁਕਾ ਕੇ ਇਹ ਹਾਲਾਤ ਹੈ ਦੋਸਤੋ ਦੂਜੇ ਨੰਬਰ 'ਤੇ ਦੋਸਤੋ ਜਦੋਂ ਵੀ ਘਰੋਂ ਬਾਹਰ ਨਿਕਲੋ ਕਿਉਂਕਿ ਅੱਜ ਗਰਮੀ ਦਾ ਮੌਸਮ ਹੈ ਜਿਸ ਟਾਈਮ ਵੀ ਘਰੋਂ ਬਾਹਰ ਨਿਕਲੋ ਸਿਰ ਦੇ ਉੱਤੇ ਕੱਪੜਾ ਜਿਹੜਾ ਹੈ ਉਹ ਲਾਜ਼ਮੀ ਜ਼ਰੂਰੀ ਹੈ ਸਿਰ ਦੇ ਉੱਤੇ ਕੱਪੜਾ ਰੱਖਿਆ ਕਰੋ ਤਾਂ ਕਿ ਗਰਮੀ ਤੋਂ ਸਿਰ ਬਚਾਉਣਾ ਜ਼ਰੂਰੀ ਹੈ ਬਾਕੀ ਜਿਸਮ ਜਿਹੜਾ ਉਹ ਬਰਦਾਸ਼ਤ ਕਰ ਪੈਂਦਾ ਹੈ ਕਿਉਂਕਿ ਸਿਰ ਨੂੰ ਧੁੱਪ ਨਹੀਂ ਲੱਗਣੀ ਚਾਹੀਦੀ ਸਿਰ 'ਤੇ ਕੱਪੜਾ ਹੋਣਾ ਚਾਹੀਦਾ ਹੈ ਕਿਉਂਕਿ ਅਗਰ ਜੇ ਸਿਰ ਨੂੰ ਧੁੱਪ ਲੱਗ ਸੀ ਤਾਂ ਸਿੱਧੀ ਦਿਮਾਗ ਦੇ ਉੱਤੇ ਅਸਰ ਹੁੰਦਾ ਹੈ ਬੰਨ ਕੇ ਗਰਮੀ ਇਤਨੀ ਸ਼ਦੀਦ ਬਣਦੀ ਪਈ ਹੈ ਅਤੇ ਸਾਡੀ ਰਿਕੁਐਸਟ ਹੈ ਤੁਸੀਂ ਵਿਰਾਵਾਂਗੇ ਬਰਾਏ ਮਿਹਰਬਾਨੀ ਜਦੋਂ ਹੀ ਘਰੋਂ ਬਾਹਰ ਨਿਕਲੋ ਗਰਮੀ ਦੇ ਉੱਤੇ ਪਹਿਲਾਂ ਤਾਂ ਗਰਮੀ ਦੇ ਉੱਤੇ ਜਾਵੋ ਨਾ ਜੇ ਗਰਮੀ 'ਤੇ ਜਾਵੋ ਤਾਂ ਸਿਰ ਜਿਹੜਾ ਉਹ ਲਾਜ਼ਮੀ ਕਾਜ ਕੇ ਜਾਓ ਕੱਪੜੇ ਨਾਲ ਜਾਂ ਜੇਸ਼ੇ ਨਾਲ ਵੀ ਸਿਰ ਕਜੋ ਯਾਰ ਜ਼ਰੂਰੀ ਇਹ ਵੀ ਆ ਬਾਕੀ ਸਾਰੇ ਦੋਸਤਾਂ ਨੂੰ ਮੇਰੀ ਤਰਫੋਂ ਲਵ ਯੂ ਹੋ ਗਈ ਆ ਜਿਹੜੇ ਜਿਹੜੇ ਵਿਰਾਹ ਮੇਰੀ ਵੀਡੀਓ ਵੇਖਦੇ ਪਏ ਹੋ ਅਤੇ ਉਮੀਦ ਕਰਦੇ ਹਾਂ ਸਾਡਾ ਜਿਹੜਾ ਅੱਜ ਦਾ ਵਲੌਗ ਹੈ ਤੁਹਾਨੂੰ ਅੱਛਾ ਲੱਗੋ ਸੀ ਅਗਰ ਸਾਡਾ ਅੱਜ ਦਾ ਵਲੌਗ ਅੱਛਾ ਲੱਗਾ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੇ ਸੋ ਅਤੇ ਵੱਧ ਮਿਲਦਾ ਹੈ ਨੈਕਸਟ ਵੀਡੀਓ ਦੇ ਵਿੱਚ ਜ਼ਿੰਦਗੀ ਰਹੀ ਤਾਂ ਤਬ ਤੱਕ ਕੇ ਲੀਏ ਅੱਲਾ ਹਾਫਿਜ਼ ਬਾਏ।